ਨਵਾਂ ਸਾਥੀ ਉਮਰ ਫਟੇਰੀ ਤਰਫੋਂ ਔਰ ਇਸ ਟੀਮ ਦੀ ਤਰਫੋਂ ਅਸਲਾਮ ਅਲੈਕੁਮ ਵਰਹਮਤੁਲਲਾਹ ਵਬਰਕਾਤੁਹ। ਇਸ ਤੋਂ ਬਾਅਦ ਅੱਜ ਦੀ ਮਹਿਫਲ ਸਾਡੇ ਭਾਈ ਮਲਕ ਨਾਫਿਜ਼ ਸਾਹਿਬ ਦੀ ਸ਼ਾਦੀ ਖਾਨਾਬਾਦੀ ਦੇ ਸਿਲਸਿਲੇ ਵਿੱਚ ਤੈਅ ਹੋਈ ਔਰ ਦੁੱਲਾ ਸਾਹਿਬ ਨੇ ਵਾਲਾ ਜਨਾਬ ਮਲਕ ਸਾਜਨ ਮਾਮੂਦ ਚੇਅਰਮੈਨ UC 39 ਔਰ ਦੁੱਲਾ ਨੇ ਭਾਈ ਜਨਾਬ ਮਲਕ ਰਾਫਿਜ਼ ਸਾਹਿਬ ਔਰ ਤਾਇਆ ਜਨਾਬ ਆਜੀ ਇਸ਼ਫਾਕ ਸਾਹਿਬ ਔਰ ਰਾਜਾ ਗਨੀ ਔਰ ਮੇਰੇ ਭਾਈ ਨਾਇਕ ਜ਼ਵੈਰ ਉਰਫ ਜਾਰਾ ਮਲਕ ਸ਼ਰਾਫਤ ਮਲਕ ਸ਼ਫੀਕ ਆਜੀ ਤਾਰਕ ਸਾਹਿਬ ਮਲਕ ਯਜ਼ਦਾਨੀ ਗੁਲਾਮ ਮੁਰਤਜ਼ਾ ਮਲਕ ਬਦਰ ਸਾਹਿਬ ਮਲਕ ਨੌਮਾਨ ਮਲਕ ਉਸਮਾਨ ਮਲਕ ਇਸਲਾਮ ਔਰ ਮਲਕ ਕਿਦਨਾ ਔਰ ਦੇਖੋ ਜਿੰਨੇ ਵੀ ਭਰਾ ਤੁਸੀਂ ਇਸ ਬਦਲ ਵਿੱਚ ਤਸ਼ਰੀਫ ਫਰਮਾਓ ਬਿਸਮਿਲਾ ਜਿਆ ਤੋਂ ਦੋਸਤੋ ਦੋ ਢਾਈ ਘੰਟੇ ਦੀ ਜਿਹੜੀ ਮਹਿਫਲ ਹੈ ਅਸਾਂ ਦੋ ਭਰਾ ਇਨਸ਼ਾਲਾ ਕੋਸ਼ਿਸ਼ ਕਰਸਾਂ ਕਿ ਪਿਆਰ ਔਰ ਮੁਹੱਬਤ ਨਾਲ ਤੁਸਾਂ ਦੀ ਮਹਿਫਲ ਸੁਣਾਈ ਹੈ। ਸਾਰੇ ਭਰਾ ਇੱਕ ਦਫ਼ਾ ਬੁਲੰਦ ਆਵਾਜ਼ ਨਾਲ ਕਲਮਾ ਪੜ੍ਹੋ, ਫਿਰ ਥੋੜ੍ਹੀ ਦੇਰ ਦੋ ਸਾਸ ਨਾ ਸਮ, ਉਸ ਤੋਂ ਬਾਅਦ ਫਿਰ ਮੈਂ ਆਪਣੀ ਸ਼ੇਖਵਾਨੀ ਬਿਸਮਿਲਾ ਰਖਵਾ ਨੇ ਰੱਖੀ ਲਾ ਇਲਾਹਾ ਇਲਲਾ ਮੁਹੰਮਦੁ ਰਸੂਲੁਲਲਾਹ ਬਿਸਮਿਲਾ ਬਾਸ ਜੀ ਆ
ਗਾਣੇ ਹੀ ਮਗਰ ਰੱਖਿਆ ਚੰਦ ਸ਼ੇਰ ਗਾਣੇ ਜਿਸਰਾ ਬਰਾ ਦੋਸਤਾਂ ਦੀ ਚਾਦਰ ਬਣ ਬਣਿਆ ਮਲਕ ਨਾਫੇ ਜਿਸ ਭਾਈ ਜੀ ਸ਼ਾਦੀ ਖਾਨਾ ਬਾਦੀ ਨੇ ਸਿਲਸਿਲੇ ਵਿੱਚ ਸਾਰੇ ਬਰਾਜ ਇਕੱਠੇ ਹੋਇਆ ਔਰ ਇਹਨਾਂ ਨੇ ਵਾਲਦੇ ਮੋਤਰਮ ਜਨਾਬ ਮਲਕ ਸਾਜਨ ਬਾਬੂ ਚੇਅਰਮੈਨ UC 45 ਔਰ ਦੂਰਾ ਨੇ ਭਾਈ ਜਨਾਬ ਮਲਕ ਰਾਫੇ ਔਰ ਤਾਇਆ ਜਨਾਬ ਆਜੀ ਈਸ਼ਵਰ ਸਾਹਿਬ ਰਾਜਾ ਗਰੀਬ ਸਾਹਿਬ ਔਰ ਮੇਰੇ ਭਾਈ ਨਾਇਕ ਜ਼ਵਾਇਰ ਉਹ ਸ਼ਜਾਰਾ ਮਲਕ ਸ਼ਰਾਫਤ ਸਾਹਿਬ ਮਲਕ ਸ਼ਫੀਕ ਸਾਹਿਬ ਆਜੀ ਤਾਰ ਸਾਹਿਬ ਮਲਕ ਯਜ਼ਦਾਨੀ ਵੋਲਾ ਮੁਰਤਜ਼ਾ ਮਲਕ ਮਦਰ ਸਾਹਿਬ ਮਲਕ ਨਵਾਨ ਮਲਕ ਉਸਮਾਨ ਮਲਕ ਇਸਨਾ ਔਰ ਮਲਕ ਜਨਾਬ ਮੁਹੰਮਦ ਜਾਂਦਾ ਏ ਅਸ਼ਕ ਰਸੂਲ ਦੇ ਲਿਖੇ ਬੋਲੋ ਕਿਸ ਤਰ੍ਹਾਂ ਹੋ ਪਾਏ ਪਾਕੋਏ ਮੁਹੰਮਦ I'm
ਸੁਣਾ ਪੜੇ Yeah.
کہہ دوں گا بھائی نال ملاقات ہوئی اللہ پاک انہاں کی خوش رکھے چند بول بھائی بھلے شاہ سرکار نے سدا سدا ہاتھاں دا نہیں ہی کرماں دا ویلا مولا جانے نال سزا دیتا جو سی فوڑ ویلا اللہ پاک خوش رکھے میرے بھائی چرنی شادی وچ ملاقات ہوئی سی تاکہ تھوڑے عرصے تو بعد اس پرا نال ملاقات ہوئی اللہ خوش رکھے اس کی بھی Thank you.
ਬਿਆਨ ਨਾਲ ਕੁਛ ਕਿਸਾ ਛੱਡ ਸਕਦਾ। कोशिश कर रहे हैं जिस तरह पुरानी चाहत और मोहब्बत है, कैसे भूल जाऊंगा गोया नासर ये कैसी बातें करते हो, कैसे भूल जाऊंगा गोया नासर ये कैसी बातें करते हो, सूरत तो फिर सूरत है नाम भी अच्छा लगता है। पुरानी चाहत और मोहब्बत है, लिखदा है मजबूरियां नाकामियां ते वही जरदा दम ठीक है बात
کمال صاحب صدر جناب سید ستین شاہ صاحب اور فریق شاہ اور جناب سید ادریس شاہ صاحب بسم اللہ جائے تو اور ملک انیس صاحب بادیہ تو بسم اللہ جی رکم رکھنے نہ فرانگی انہیں جانتا شیر کس طرح
ਦੇ ਬਗੈਰ ਤਾਰਕ ਕਰਨਾ ਕੀ ਇਸ ਦੁਨੀਆਂ ਵਿੱਚ ਨਹੀਂ ਰਹਿੰਦੇ। ਬਾਈ ਮਾਈ ਪੁਕਾਰਨਾ ਦੁਨੀਆ ਤੂੰ ਚਲਾ ਜਾ ਸਾ, ਲੇਕਿਨ ਕਿਹਾ ਕੁਛ ਨਹੀਂ ਮੰਗਤੇ ਤੁਛ ਹੈ ਜ਼ਿੰਦਗੀ, ਬਸ ਇੱਕ ਸ਼ਖਸ ਲੁਟਾ ਦੇ ਮੁਝੇ ਜੋ ਤੁਛ ਹੈ ਜੀ ਪਿਆਰਾ ਹੈ।
ਜ਼ਮੀਰ ਤਸਰੀਫ ਨਹੀਂ ਹੈ, ਬੜਾ ਅੱਛਾ ਸ਼ੇਰ ਨੂੰ ਸਾਡੇ ਮਤਲਬ ਪੇਸ਼ ਕੀਤਾ। ਅੰਦਰ ਨੀ ਅੰਦਰ ਜਿਹੜੀਆਂ ਗੱਲਾਂ ਨੂੰ ਅਲਾਈ ਜਾਣਾ, ਇੱਕ ਸ਼ੇਰ ਬਾਬਾ ਸ਼ਰੀਫ ਬੈਰ ਸਰਕਾਰ ਨਾਲ ਹਿੰਦੁਸਤਾਨ ਪੁਰਾਣੇ ਅਜ਼ਮ ਕਰਨਾ ਆਬਾਦ ਹੋ ਜੀਗੇ
चेयरमैन यूस मुंतानी और भाई बलग राफे साहब और ताया हाजी शवाब साहब, राजा गली साहब, नायक जुबैर और फुजारा, मलक शराफत, मलक शफीक, हाजी तारक साहब, मलक यजदानी, गुलाम मुर्तजा, मलक मजर, मलक नुमान, मलक उस्मान, मलक अरसलान और मलक अदनान। इन दोस्तों फरान ने चाहते मुताबिक कोशिश करता इस तरह ना एक चाहती थी या पूरी होती है अलाद भाई के Yeah.
फिर बोल रहा हूँ सैयद सफदर शाह साहब मुफ्ती कुशा, सैयद अदरी शाह साहब और मलक अली बालिया। दुश्मन नहीं
ਖਾਂਦਾ ਵੇਖਾਇਆ ਦੁਸ਼ਮਣ ਦੀਆਂ ਸਾਖੇ ਬਾਬਾ ਉਹ ਮੈਨੂੰ ਲੱਗੇ ਬਾਜ਼ਾਰਾਂ ਤੂੰ ਡਰ ਲੱਗਦਾ ਏ ਆਪਣੇ
Yeah.
اگنات میں آرنی بزم نے چیف گفت دولا ملک نافع صاحب والد ملک ساجد چرمین یوسی ترفی رائن بھائی ملک نافع تایہ حاجی شوار صاحب راجہ گنی صاحب نائی زبیر جارہ ملک شرافت ملک شفیق آجی تارک ملک یردانی غلام مرزدہ ملک مظہر ملک نومان ملک عثمان ملک ارسلان ملک ادنان انہ دو سفرانے چاہتے مطابق آخری چند گول اگنات نے کوشش کرتا ہے انہ دو سفرانے چاہتے کی یہ دولہ صاحب نظر آواز ہوئی گئی ہمارا
मालिक शबाज और मेरे भाई तौकीर वालिया बैरा का तलक और शाबीर खान उस बाद फिर शाम को इजाजत We'll be right back.
گلیکسی بار کی ترناؤ سڑی بڑا کشی فرمائے آخری بول چاہتا ہے
گستاخی ہوئی تو سارے برانگ کو مانا چڑھیا اللہ سونے والا ہے.